ਪਟਿਆਲਾ ਦਾ ਡਾਕਟਰ ਹਰਸ਼ ਚੈਰੀਟੇਬਲ ਟਰਸਟ ਪਿਛਲੇ 11 ਸਾਲਾਂ ਤੋਂ ਲਗਾਤਾਰ ਗਰੀਬ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਚੁੱਕ ਰਿਹਾ ਹੈ। ਇਸ ਦੇ ਬਾਨੀ ਡਾਕਟਰ ਹਰਸ਼ਿੰਦਰ ਕੌਰ ਅਤੇ ਡਾਕਟਰ ਗੁਰਪਾਲ ਸਿੰਘ ਵੱਲੋਂ 133 ਗਰੀਬ ਬੇਸਹਾਰਾ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਨ ਵਾਸਤੇ ਚੈੱਕ ਵੰਡੇ ਗਏ। ਇਹ ਟਰਸਟ 2008 ਤੋਂ ਗਰੀਬ ਬੱਚਿਆਂ ਨੂੰ ਸਕੂਲ ਦੀ ਫੀਸ ਦੇ ਚੈੱਕ ਦੇ ਰਾਹੀਂ ਮਦਦ ਕਰ ਰਿਹਾ ਹੈ ਅਤੇ ਇਸ ਵਿੱਚ ਹੁਣ ਤੱਕ 358 ਬੱਚੀਆਂ ਮਦਦ ਲੈ ਚੁੱਕੀਆਂ ਨੇ। ਡਾਕਟਰ ਹਰਸ਼ਿੰਦਰ ਕੌਰ ਨੇ ਦੱਸਿਆ ਕਿ ਇਸ ਟਰੱਸਟ ਦਾ ਮਕਸਦ ਗਰੀਬ ਬੱਚੀਆਂ ਨੂੰ ਆਪਣੇ ਪੈਰਾਂ ਉੱਤੇ ਖੜ੍ਹੇ ਕਰਨਾ ਹੈ ਅਤੇ ਉਹਨਾਂ ਨੂੰ ਆਪਣੇ ਹੱਕਾਂ ਬਾਰੇ ਜਾਗਰੂਕ ਕਰਕੇ ਮਾਦਾ ਭਰੂਣ ਹੱਤਿਆ ਵਿਰੁੱਧ ਆਵਾਜ਼ ਬੁਲੰਦ ਕਰ ਸਕਣ ਲਈ ਮਾਨਸਿਕ ਪੱਖੋਂ ਤਿਆਰ ਕਰਨਾ ਵੀ ਹੈ। ਇਸ ਵੇਲੇ ਸਾਡੇ 20 ਕੁੜੀਆਂ ਤੋਂ ਸ਼ੁਰੂ ਹੋਇਆ ਸੀ ਇਹ ਟਰੱਸਟ, ਜੋ ਹੁਣ ਤੱਕ 358 ਪੂਰੀਆਂ ਹੋ ਚੁੱਕੀਆਂ ਨੇ ਬੱਚੀਆਂ ਸਾਡੀ ਟਰੱਸਟ ਹੇਠ, ਜਿਨ੍ਹਾਂ ਦੀ 800 ਤੋਂ ਲੈ ਕੇ 1800 ਰੁਪਏ ਤੱਕ ਮਹੀਨਾ ਦੀ ਫੀਸ ਹੈ। ਅਤੇ ਇਸ ਵੇਲੇ ਅੱਜ ਅਸੀਂ ਲਗਭਗ 8.5 ਲੱਖ ਰੁਪਏ ਦਾ ਅਸੀਂ ਡਿਸਬਰਸ ਕੀਤੇ ਨੇ ਜਿਹੜਾ ਅਮਾਊਂਟ, ਤਾਂ ਕਿਸੇ ਦੀ 4 ਮਹੀਨੇ ਦੀ ਫੀਸ ਗਈ ਹੈ, ਕਿਸੇ ਦੀ 3 ਮਹੀਨੇ ਦੀ, ਕਿਸੇ ਦੀ 6 ਦੀ, ਇਸ ਤਰ੍ਹਾਂ ਕਰਕੇ ਅਤੇ ਅਸੀਂ ਸਾਰਿਆਂ ਨੂੰ ਫੀਸ ਦਿੱਤੀ ਹੈ। ਮੈਂ ਬੜੀ ਇਸ ਮਾਮਲੇ 'ਚ ਖੁਸ਼ੀ ਮਹਿਸੂਸ ਕਰ ਰਹੀ ਹਾਂ ਅੱਜ ਕਿ ਇੱਕ ਬੱਚੀ ਸਾਡੀ ਟਰੱਸਟ 'ਚੋਂ ਜੋ 10ਵੀਂ 'ਚੋਂ ਫਸਟ ਡਿਵੀਜ਼ਨ ਵਿੱਚ 97% ਮਾਰਕਸ ਲੈ ਕੇ ਨਿਕਲੀ।